ਸਾਂਝ ਨਿਊਜ਼ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਰੰਜਨਾ ਸ਼ਰਮਾ ਸਵਾਗਤ ਕਰਦੀ ਹਾਂ। ਲਗਾਤਾਰ ਸੜਕੀ ਹਾਦਸੇ ਵੱਧਦੇ ਜਾ ਰਹੇ ਨੇ, ਲੋਕਾਂ ਦੀਆਂ ਨਾ ਸੜਕੀ ਹਾਦਸਿਆਂ ਵਿੱਚ ਜਾਨਾਂ ਵੀ ਜਾ ਰਹੀਆਂ ਨੇ। ਇੱਕ ਅਜਿਹਾ ਤਾਜ਼ਾ ਮਾਮਲਾ ਸੰਗਰੂਰ ਤੋਂ ਸਾਹਮਣੇ ਆ ਰਿਹਾ। ਸੰਗਰੂਰ ਦੇ ਵਿੱਚ ਬੱਸ PRTC ਦੀ ਬੱਸ ਜਿਹੜੀ ਹੈ ਸਵਾਰੀਆਂ ਦੇ ਨਾਲ ਭਰੀ ਹੋਈ ਸੁਨਾਮ ਵੱਲ ਨੂੰ ਜਾ ਰਹੀ ਹੁੰਦੀ ਤੇ ਰਸਤੇ ਦੇ ਵਿੱਚ ਬ੍ਰੇਕਾਂ ਫੇਲ ਹੋ ਜਾਂਦੀਆਂ ਨੇ ਬੱਸ ਦੀਆਂ, ਤਾਂ ਜਿਸ ਤੋਂ ਬਾਅਦ ਪੂਰੀ ਬੱਸ ਪਲਟ ਜਾਂਦੀ ਹੈ, ਝਾੜੀਆਂ ਵਿੱਚ ਜਾ ਕੇ ਟਕਰਾਉਂਦੀ ਹੈ ਅਤੇ ਬੱਸ ਪਲਟ ਜਾਂਦੀ ਹੈ। ਗੰਭੀਰ ਰੂਪ ਵਿੱਚ ਜ਼ਖਮੀ ਹੁੰਦੇ ਨੇ ਵਿੱਚ ਬੈਠੀ ਹੋਈ ਸਵਾਰੀਆਂ। ਤਸਵੀਰਾਂ ਤੁਹਾਨੂੰ ਇੱਕ ਵਾਰ ਦਿਖਾ ਦਿੰਦੇ ਹਾਂ, ਰੂਬਰੂ ਕਰ ਸਕਦੇ ਤੁਸੀਂ ਇਹਨਾਂ ਤਸਵੀਰਾਂ ਨਾਲ ਕਿ ਕਿਸ ਤਰੀਕੇ ਦੇ ਨਾਲ ਸੜਕੀ ਹਾਦਸਾ, ਵੱਡਾ ਸੜਕੀ ਹਾਦਸਾ ਵਾਪਰਿਆ ਹੈ। ਲੋਕਾਂ ਦੀ ਜਾਨ ਨੂੰ ਭਾਜੜਾ ਪੈ ਜਾਂਦੀਆਂ ਨੇ ਜਦ ਬ੍ਰੇਕ ਫੇਲ ਹੁੰਦੀ ਹੈ, ਅਤੇ ਜਿਸ ਤੋਂ ਬਾਅਦ ਡਰਾਈਵਰ ਦੇ ਵੱਲੋਂ ਵੀ ਬੱਸ ਨੂੰ ਕਾਬੂ ਕਰਨਾ ਕਾਫੀ ਜ਼ਿਆਦਾ ਮੁਸ਼ਕਿਲ ਹੁੰਦਾ ਹੈ। ਝਾੜੀਆਂ ਵਿੱਚ ਜਾ ਕੇ ਟਕਰਾਉਂਦੀ ਹੈ, ਉਲਟ ਜਾਂਦੀ ਹੈ ਬੱਸ ਜਿਹੜੀ ਹੈ, ਪਲਟਦੀ ਹੈ, ਅਤੇ ਜਿਸ ਤੋਂ ਬਾਅਦ ਕਾਫੀ ਲੋਕ ਸਵਾਰੀਆਂ ਜਿਹੜੇ ਨੇ ਗੰਭੀਰ ਰੂਪ ਵਿੱਚ ਜ਼ਖਮੀ ਹੁੰਦੇ ਨੇ। 8 ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਇਲਾਜ ਵਾਸਤੇ। ਇਸ ਤੋਂ ਬਾਅਦ ਹੋਰ ਵੀ ਕਈ ਲੋਕਾਂ ਨੂੰ ਜਿਹੜੇ ਮਾਮੂਲੀ ਸੱਟਾਂ ਲੱਗੀਆਂ, ਜਿਸ ਤੋਂ ਬਾਅਦ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਵੀ ਸਾਹਮਣੇ ਆਇਆ ਸੀ ਕਿ ਡਰਾਈਵਰ ਦੇ ਵੱਲੋਂ ਜਿਹੜਾ ਵਿਭਾਗ ਨੂੰ ਜਾਣਕਾਰੀ ਦਿੱਤੀ ਗਈ ਸੀ ਕਿ ਪਹਿਲਾਂ ਹੀ ਕੁਝ ਬ੍ਰੇਕਾਂ ਦੇ ਵਿੱਚ ਦਿੱਕਤ ਆ ਰਹੀ ਹੈ, ਪ੍ਰੋਬਲਮ ਦੱਸੀ ਗਈ ਸੀ ਕਿ ਬੱਸ ਦੇ ਵਿੱਚ ਕਿਸੇ ਬ੍ਰੇਕਾਂ ਨੂੰ ਲੈ ਕੇ ਕੋਈ ਦਿੱਕਤ ਹੈ, ਲੇਕਿਨ ਇਸ ਦੇ ਬਾਵਜੂਦ ਵੀ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਡਰਾਈਵਰ ਨੂੰ ਰੂਟ 'ਤੇ ਭੇਜਿਆ ਗਿਆ, ਬੱਸ ਚਲਾਉਣ ਲਈ ਕਿਹਾ ਗਿਆ, ਅਤੇ ਜਿਸ ਤੋਂ ਬਾਅਦ ਇਹ ਵੱਡਾ ਸੜਕੀ ਹਾਦਸਾ ਵਾਪਰਦਾ। ਲੋਕਾਂ ਦੀ ਜਾਨ ਤਾਂ ਨਹੀਂ ਗਈ ਹੈ, ਇੱਥੇ ਗਿਣਤੀ ਰਹੀ ਹੈ, ਲੇਕਿਨ ਇਸ ਦੇ ਬਾਵਜੂਦ ਵੀ 8 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਨੇ ਅਤੇ ਹੋਰ ਲੋਕ ਸਵਾਰੀਆਂ ਜਿਹੜੀਆਂ ਸੀ ਮਾਮੂਲੀ ਸੱਟਾਂ ਲੱਗੀਆਂ ਨੇ। ਬਿਊਰੋ ਰਿਪੋਰਟ, ਸਾਂਝ ਨਿਊਜ਼। ਸਾਂਝ ਨਿਊਜ਼ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਰੰਜਨਾ ਸ਼ਰਮਾ ਸਵਾਗਤ ਕਰਦੀ ਹਾਂ। ਲਗਾਤਾਰ ਸੜਕੀ ਹਾਦਸੇ ਵੱਧਦੇ ਜਾ ਰਹੇ ਨੇ, ਲੋਕਾਂ ਦੀਆਂ ਨਾ ਸੜਕੀ ਹਾਦਸਿਆਂ ਵਿੱਚ ਜਾਨਾਂ ਵੀ ਜਾ ਰਹੀਆਂ ਨੇ। ਇੱਕ ਅਜਿਹਾ ਤਾਜ਼ਾ ਮਾਮਲਾ ਸੰਗਰੂਰ ਤੋਂ ਸਾਹਮਣੇ ਆ ਰਿਹਾ। ਸੰਗਰੂਰ ਦੇ ਵਿੱਚ ਬੱਸ PRTC ਦੀ ਬੱਸ ਜਿਹੜੀ ਹੈ ਸਵਾਰੀਆਂ ਦੇ ਨਾਲ ਭਰੀ ਹੋਈ ਸੁਨਾਮ ਵੱਲ ਨੂੰ ਜਾ ਰਹੀ ਹੁੰਦੀ ਤੇ ਰਸਤੇ ਦੇ ਵਿੱਚ ਬ੍ਰੇਕਾਂ ਫੇਲ ਹੋ ਜਾਂਦੀਆਂ ਨੇ ਬੱਸ ਦੀਆਂ, ਤਾਂ ਜਿਸ ਤੋਂ ਬਾਅਦ ਪੂਰੀ ਬੱਸ ਪਲਟ ਜਾਂਦੀ ਹੈ, ਝਾੜੀਆਂ ਵਿੱਚ ਜਾ ਕੇ ਟਕਰਾਉਂਦੀ ਹੈ ਅਤੇ ਬੱਸ ਪਲਟ ਜਾਂਦੀ ਹੈ। ਗੰਭੀਰ ਰੂਪ ਵਿੱਚ ਜ਼ਖਮੀ ਹੁੰਦੇ ਨੇ ਵਿੱਚ ਬੈਠੀ ਹੋਈ ਸਵਾਰੀਆਂ। ਤਸਵੀਰਾਂ ਤੁਹਾਨੂੰ ਇੱਕ ਵਾਰ ਦਿਖਾ ਦਿੰਦੇ ਹਾਂ, ਰੂਬਰੂ ਕਰ ਸਕਦੇ ਤੁਸੀਂ ਇਹਨਾਂ ਤਸਵੀਰਾਂ ਨਾਲ ਕਿ ਕਿਸ ਤਰੀਕੇ ਦੇ ਨਾਲ ਸੜਕੀ ਹਾਦਸਾ, ਵੱਡਾ ਸੜਕੀ ਹਾਦਸਾ ਵਾਪਰਿਆ ਹੈ। ਲੋਕਾਂ ਦੀ ਜਾਨ ਨੂੰ ਭਾਜੜਾ ਪੈ ਜਾਂਦੀਆਂ ਨੇ ਜਦ ਬ੍ਰੇਕ ਫੇਲ ਹੁੰਦੀ ਹੈ, ਅਤੇ ਜਿਸ ਤੋਂ ਬਾਅਦ ਡਰਾਈਵਰ ਦੇ ਵੱਲੋਂ ਵੀ ਬੱਸ ਨੂੰ ਕਾਬੂ ਕਰਨਾ ਕਾਫੀ ਜ਼ਿਆਦਾ ਮੁਸ਼ਕਿਲ ਹੁੰਦਾ ਹੈ। ਝਾੜੀਆਂ ਵਿੱਚ ਜਾ ਕੇ ਟਕਰਾਉਂਦੀ ਹੈ, ਉਲਟ ਜਾਂਦੀ ਹੈ ਬੱਸ ਜਿਹੜੀ ਹੈ, ਪਲਟਦੀ ਹੈ, ਅਤੇ ਜਿਸ ਤੋਂ ਬਾਅਦ ਕਾਫੀ ਲੋਕ ਸਵਾਰੀਆਂ ਜਿਹੜੇ ਨੇ ਗੰਭੀਰ ਰੂਪ ਵਿੱਚ ਜ਼ਖਮੀ ਹੁੰਦੇ ਨੇ। 8 ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਇਲਾਜ ਵਾਸਤੇ। ਇਸ ਤੋਂ ਬਾਅਦ ਹੋਰ ਵੀ ਕਈ ਲੋਕਾਂ ਨੂੰ ਜਿਹੜੇ ਮਾਮੂਲੀ ਸੱਟਾਂ ਲੱਗੀਆਂ ਨੇ, ਜਿਸ ਤੋਂ ਬਾਅਦ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਵੀ ਸਾਹਮਣੇ ਆਇਆ ਸੀ ਕਿ ਡਰਾਈਵਰ ਦੇ ਵੱਲੋਂ ਜਿਹੜਾ ਵਿਭਾਗ ਨੂੰ ਜਾਣਕਾਰੀ ਦਿੱਤੀ ਗਈ ਸੀ ਕਿ ਪਹਿਲਾਂ ਹੀ ਕੁਝ ਬ੍ਰੇਕਾਂ ਦੇ ਵਿੱਚ ਦਿੱਕਤ ਆ ਰਹੀ ਹੈ, ਪ੍ਰੋਬਲਮ ਦੱਸੀ ਗਈ ਸੀ ਕਿ ਬੱਸ ਦੇ ਵਿੱਚ ਕਿਸੇ ਬ੍ਰੇਕਾਂ ਨੂੰ ਲੈ ਕੇ ਕੋਈ ਦਿੱਕਤ ਹੈ, ਲੇਕਿਨ ਇਸ ਦੇ ਬਾਵਜੂਦ ਵੀ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਡਰਾਈਵਰ ਨੂੰ ਰੂਟ 'ਤੇ ਭੇਜਿਆ ਗਿਆ, ਬੱਸ ਚਲਾਉਣ ਲਈ ਕਿਹਾ ਗਿਆ, ਅਤੇ ਜਿਸ ਤੋਂ ਬਾਅਦ ਇਹ ਵੱਡਾ ਸੜਕੀ ਹਾਦਸਾ ਵਾਪਰਦਾ। ਲੋਕਾਂ ਦੀ ਜਾਨ ਤਾਂ ਨਹੀਂ ਗਈ ਹੈ, ਇੱਥੇ ਗਿਣਤੀ ਰਹੀ ਹੈ, ਲੇਕਿਨ ਇਸ ਦੇ ਬਾਵਜੂਦ ਵੀ 8 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਨੇ ਅਤੇ ਹੋਰ ਲੋਕ ਸਵਾਰੀਆਂ ਜਿਹੜੀਆਂ ਸੀ ਮਾਮੂਲੀ ਸੱਟਾਂ ਲੱਗੀਆਂ ਨੇ। ਬਿਊਰੋ ਰਿਪੋਰਟ, ਸਾਂਝ ਨਿਊਜ਼। ਸਾਂਝ ਨਿਊਜ਼ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਰੰਜਨਾ ਸ਼ਰਮਾ ਸਵਾਗਤ ਕਰਦੀ ਹਾਂ। ਲਗਾਤਾਰ ਸੜਕੀ ਹਾਦਸੇ ਵੱਧਦੇ ਜਾ ਰਹੇ ਨੇ, ਲੋਕਾਂ ਦੀਆਂ ਨਾ ਸੜਕੀ ਹਾਦਸਿਆਂ ਵਿੱਚ ਜਾਨਾਂ ਵੀ ਜਾ ਰਹੀਆਂ ਨੇ। ਇੱਕ ਅਜਿਹਾ ਤਾਜ਼ਾ ਮਾਮਲਾ ਸੰਗਰੂਰ ਤੋਂ ਸਾਹਮਣੇ ਆ ਰਿਹਾ। ਸੰਗਰੂਰ ਦੇ ਵਿੱਚ ਬੱਸ PRTC ਦੀ ਬੱਸ ਜਿਹੜੀ ਹੈ ਸਵਾਰੀਆਂ ਦੇ ਨਾਲ ਭਰੀ ਹੋਈ ਸੁਨਾਮ ਵੱਲ ਨੂੰ ਜਾ ਰਹੀ ਹੁੰਦੀ ਤੇ ਰਸਤੇ ਦੇ ਵਿੱਚ ਬ੍ਰੇਕਾਂ ਫੇਲ ਹੋ ਜਾਂਦੀਆਂ ਨੇ ਬੱਸ ਦੀਆਂ, ਤਾਂ ਜਿਸ ਤੋਂ ਬਾਅਦ ਪੂਰੀ ਬੱਸ ਪਲਟ ਜਾਂਦੀ ਹੈ, ਝਾੜੀਆਂ ਵਿੱਚ ਜਾ ਕੇ ਟਕਰਾਉਂਦੀ ਹੈ ਅਤੇ ਬੱਸ ਪਲਟ ਜਾਂਦੀ ਹੈ। ਗੰਭੀਰ ਰੂਪ ਵਿੱਚ ਜ਼ਖਮੀ ਹੁੰਦੇ ਨੇ ਵਿੱਚ ਬੈਠੀ ਹੋਈ ਸਵਾਰੀਆਂ। ਤਸਵੀਰਾਂ ਤੁਹਾਨੂੰ ਇੱਕ ਵਾਰ ਦਿਖਾ ਦਿੰਦੇ ਹਾਂ, ਰੂਬਰੂ ਕਰ ਸਕਦੇ ਤੁਸੀਂ ਇਹਨਾਂ ਤਸਵੀਰਾਂ ਨਾਲ ਕਿ ਕਿਸ ਤਰੀਕੇ ਦੇ ਨਾਲ ਸੜਕੀ ਹਾਦਸਾ, ਵੱਡਾ ਸੜਕੀ ਹਾਦਸਾ ਵਾਪਰਿਆ ਹੈ। ਲੋਕਾਂ ਦੀ ਜਾਨ ਨੂੰ ਭਾਜੜਾ ਪੈ ਜਾਂਦੀਆਂ ਨੇ ਜਦ ਬ੍ਰੇਕ ਫੇਲ ਹੁੰਦੀ ਹੈ, ਅਤੇ ਜਿਸ ਤੋਂ ਬਾਅਦ ਡਰਾਈਵਰ ਦੇ ਵੱਲੋਂ ਵੀ
ਬੱਸ ਨੂੰ ਕਾਬੂ ਕਰਨਾ ਕਾਫੀ ਜ਼ਿਆਦਾ ਮੁਸ਼ਕਿਲ ਹੁੰਦਾ, ਝਾੜੀਆਂ ਵਿੱਚ ਜਾ ਕੇ ਟਕਰਾਉਂਦੀ ਹੈ, ਉਲਟ ਜਾਂਦੀ ਹੈ ਬੱਸ ਜਿਹੜੀ ਹੈ, ਪਲਟਦੀ ਹੈ, ਅਤੇ ਜਿਸ ਤੋਂ ਬਾਅਦ ਕਾਫੀ ਲੋਕ ਸਵਾਰੀਆਂ ਜਿਹੜੇ ਨੇ ਗੰਭੀਰ ਰੂਪ ਵਿੱਚ ਜ਼ਖਮੀ ਹੁੰਦੇ ਨੇ। 8 ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਇਲਾਜ ਵਾਸਤੇ। ਇਸ ਤੋਂ ਬਾਅਦ ਹੋਰ ਵੀ ਕਈ ਲੋਕਾਂ ਨੂੰ ਜਿਹੜੇ ਮਾਮੂਲੀ ਸੱਟਾਂ ਲੱਗੀਆਂ, ਅਤੇ ਜਿਸ ਤੋਂ ਬਾਅਦ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਵੀ ਸਾਹਮਣੇ ਆਇਆ ਸੀ ਕਿ ਡਰਾਈਵਰ ਦੇ ਵੱਲੋਂ ਜਿਹੜਾ ਵਿਭਾਗ ਨੂੰ ਜਾਣਕਾਰੀ ਦਿੱਤੀ ਗਈ ਸੀ ਕਿ ਪਹਿਲਾਂ ਹੀ ਕੁਝ ਬ੍ਰੇਕਾਂ ਦੇ ਵਿੱਚ ਦਿੱਕਤ ਆ ਰਹੀ ਹੈ, ਪ੍ਰੋਬਲਮ ਦੱਸੀ ਗਈ ਸੀ ਕਿ ਬੱਸ ਦੇ ਵਿੱਚ ਕਿਸੇ ਬ੍ਰੇਕਾਂ ਨੂੰ ਲੈ ਕੇ ਕੋਈ ਦਿੱਕਤ ਹੈ, ਲੇਕਿਨ ਇਸ ਦੇ ਬਾਵਜੂਦ ਵੀ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਡਰਾਈਵਰ ਨੂੰ ਰੂਟ 'ਤੇ ਭੇਜਿਆ ਗਿਆ, ਬੱਸ ਚਲਾਉਣ ਲਈ ਕਿਹਾ ਗਿਆ, ਅਤੇ ਜਿਸ ਤੋਂ ਬਾਅਦ ਇਹ ਵੱਡਾ ਸੜਕੀ ਹਾਦਸਾ ਵਾਪਰਦਾ। ਲੋਕਾਂ ਦੀ ਜਾਨ ਤਾਂ ਨਹੀਂ ਗਈ ਹੈ, ਇੱਥੇ ਗਿਣਤੀ ਰਹੀ ਹੈ, ਲੇਕਿਨ ਇਸ ਦੇ ਬਾਵਜੂਦ ਵੀ 8 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਨੇ ਅਤੇ ਹੋਰ ਲੋਕ ਸਵਾਰੀਆਂ ਜਿਹੜੀਆਂ ਸੀ ਮਾਮੂਲੀ ਸੱਟਾਂ ਲੱਗੀਆਂ ਨੇ। ਬਿਊਰੋ ਰਿਪੋਰਟ, ਸਾਂਝ ਨਿਊਜ਼। ਸਾਂਝ ਨਿਊਜ਼ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਰੰਜਨਾ ਸ਼ਰਮਾ ਸਵਾਗਤ ਕਰਦੀ ਹਾਂ। ਲਗਾਤਾਰ ਸੜਕੀ ਹਾਦਸੇ ਵੱਧਦੇ ਜਾ ਰਹੇ ਨੇ, ਲੋਕਾਂ ਦੀਆਂ ਨਾ ਸੜਕੀ ਹਾਦਸਿਆਂ ਵਿੱਚ ਜਾਨਾਂ ਵੀ ਜਾ ਰਹੀਆਂ ਨੇ। ਇੱਕ ਅਜਿਹਾ ਤਾਜ਼ਾ ਮਾਮਲਾ ਸੰਗਰੂਰ ਤੋਂ ਸਾਹਮਣੇ ਆ ਰਿਹਾ। ਸੰਗਰੂਰ ਦੇ ਵਿੱਚ ਬੱਸ PRTC ਦੀ ਬੱਸ ਜਿਹੜੀ ਹੈ ਸਵਾਰੀਆਂ ਦੇ ਨਾਲ ਭਰੀ ਹੋਈ ਸੁਨਾਮ ਵੱਲ ਨੂੰ ਜਾ ਰਹੀ ਹੁੰਦੀ ਅਤੇ ਰਸਤੇ ਦੇ ਵਿੱਚ ਬ੍ਰੇਕਾਂ ਫੇਲ ਹੋ ਜਾਂਦੀਆਂ ਨੇ ਬੱਸ ਦੀਆਂ, ਤਾਂ ਜਿਸ ਤੋਂ ਬਾਅਦ ਪੂਰੀ ਬੱਸ ਪਲਟ ਜਾਂਦੀ ਹੈ, ਝਾੜੀਆਂ ਵਿੱਚ ਜਾ ਕੇ ਟਕਰਾਉਂਦੀ ਹੈ ਅਤੇ ਬੱਸ ਪਲਟ ਜਾਂਦੀ ਹੈ। ਗੰਭੀਰ ਰੂਪ ਵਿੱਚ ਜ਼ਖਮੀ ਹੁੰਦੇ ਨੇ ਵਿੱਚ ਬੈਠੀ ਹੋਈ ਸਵਾਰੀਆਂ। ਤਸਵੀਰਾਂ ਤੁਹਾਨੂੰ ਇੱਕ ਵਾਰ ਦਿਖਾ ਦਿੰਦੇ ਹਾਂ, ਰੂਬਰੂ ਕਰ ਸਕਦੇ ਤੁਸੀਂ ਇਹਨਾਂ ਤਸਵੀਰਾਂ ਨਾਲ ਕਿ ਕਿਸ ਤਰੀਕੇ ਦੇ ਨਾਲ ਸੜਕੀ ਹਾਦਸਾ, ਵੱਡਾ ਸੜਕੀ ਹਾਦਸਾ ਵਾਪਰਿਆ ਹੈ। ਲੋਕਾਂ ਦੀ ਜਾਨ ਨੂੰ ਭਾਜੜਾ ਪੈ ਜਾਂਦੀਆਂ ਨੇ ਜਦ ਬ੍ਰੇਕ ਫੇਲ ਹੁੰਦੀ ਹੈ, ਅਤੇ ਜਿਸ ਤੋਂ ਬਾਅਦ ਡਰਾਈਵਰ ਦੇ ਵੱਲੋਂ ਵੀ ਬੱਸ ਨੂੰ ਕਾਬੂ ਕਰਨਾ ਕਾਫੀ ਜ਼ਿਆਦਾ ਮੁਸ਼ਕਿਲ ਹੁੰਦਾ, ਝਾੜੀਆਂ ਵਿੱਚ ਜਾ ਕੇ ਟਕਰਾਉਂਦੀ ਹੈ, ਉਲਟ ਜਾਂਦੀ ਹੈ ਬੱਸ ਜਿਹੜੀ ਹੈ, ਪਲਟਦੀ ਹੈ, ਅਤੇ ਜਿਸ ਤੋਂ ਬਾਅਦ ਕਾਫੀ ਲੋਕ ਸਵਾਰੀਆਂ ਜਿਹੜੇ ਨੇ ਗੰਭੀਰ ਰੂਪ ਵਿੱਚ ਜ਼ਖਮੀ ਹੁੰਦੇ ਨੇ। 8 ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਇਲਾਜ ਵਾਸਤੇ। ਇਸ ਤੋਂ ਬਾਅਦ ਹੋਰ ਵੀ ਕਈ ਲੋਕਾਂ ਨੂੰ ਜਿਹੜੇ ਮਾਮੂਲੀ ਸੱਟਾਂ ਲੱਗੀਆਂ, ਅਤੇ ਜਿਸ ਤੋਂ ਬਾਅਦ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਵੀ ਸਾਹਮਣੇ ਆਇਆ ਸੀ ਕਿ ਡਰਾਈਵਰ ਦੇ ਵੱਲੋਂ ਜਿਹੜਾ ਵਿਭਾਗ ਨੂੰ ਜਾਣਕਾਰੀ ਦਿੱਤੀ ਗਈ ਸੀ ਕਿ ਪਹਿਲਾਂ ਹੀ ਕੁਝ ਬ੍ਰੇਕਾਂ ਦੇ ਵਿੱਚ ਦਿੱਕਤ ਆ ਰਹੀ ਹੈ, ਪ੍ਰੋਬਲਮ ਦੱਸੀ ਗਈ ਸੀ ਕਿ ਬੱਸ ਦੇ ਵਿੱਚ ਕਿਸੇ ਬ੍ਰੇਕਾਂ ਨੂੰ ਲੈ ਕੇ ਕੋਈ ਦਿੱਕਤ ਹੈ, ਲੇਕਿਨ ਇਸ ਦੇ ਬਾਵਜੂਦ ਵੀ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਡਰਾਈਵਰ ਨੂੰ ਰੂਟ 'ਤੇ ਭੇਜਿਆ ਗਿਆ, ਬੱਸ ਚਲਾਉਣ ਲਈ ਕਿਹਾ ਗਿਆ, ਅਤੇ ਜਿਸ ਤੋਂ ਬਾਅਦ ਇਹ ਵੱਡਾ ਸੜਕੀ ਹਾਦਸਾ ਵਾਪਰਦਾ। ਲੋਕਾਂ ਦੀ ਜਾਨ ਤਾਂ ਨਹੀਂ ਗਈ ਹੈ, ਇੱਥੇ ਗਿਣਤੀ ਰਹੀ ਹੈ, ਲੇਕਿਨ ਇਸ ਦੇ ਬਾਵਜੂਦ ਵੀ 8 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਨੇ ਅਤੇ ਹੋਰ ਲੋਕ ਸਵਾਰੀਆਂ ਜਿਹੜੀਆਂ ਸੀ ਮਾਮੂਲੀ ਸੱਟਾਂ ਲੱਗੀਆਂ ਨੇ। ਬਿਊਰੋ ਰਿਪੋਰਟ, ਸਾਂਝ ਨਿਊਜ਼। ਫਗਵਾੜਾ ਦੇ ਵਿੱਚ ਆਸ਼ੂ ਦੀ ਹੱਟੀ ਦਾ ਖੁੱਲਾ ਚੈਲੰਜ, ਜਿੱਥੋਂ ਤੁਹਾਨੂੰ ਮਿਲਣਗੇ ਸ਼ਹਿਰ ਵਿੱਚ ਸਭ ਤੋਂ ਸਸਤੇ ਰੇਟ ਤੇ ਸੂਟ, ਲਹਿੰਗੇ, ਸਾੜੀਆਂ ਤੇ ਪਲਾਜ਼ੋ। ਆਸ਼ੂ ਦੀ ਹੱਟੀ ਦਾ ਇੱਕ ਹੀ ਵਾਅਦਾ, ਤੁਹਾਨੂੰ ਮਿਲਣਗੇ ਵਧੀਆ ਕੁਆਲਿਟੀ ਦੇ ਕੱਪੜੇ, ਪਰ ਰੇਟ ਨਹੀਂ ਹੋਵੇਗਾ ਜ਼ਿਆਦਾ। ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਆਸ਼ੂ ਦੀ ਹੱਟੀ, ਓਪੋਜ਼ਿਟ ਬੱਸ ਸਟੈਂਡ, ਫਗਵਾੜਾ।